thank you ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਕਿਵੇਂ ਹੋ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਹਾਜ਼ਰਾਂ ਜੀ ਈਟੀਟੀਓ 94 ਸਬੰਧੀ ਨਵੀਂ ਵੀਡੀਓ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਵੱਲੋਂ ਜਿਹੜੇ ਕਮੈਂਟਸ ਆਏ ਸਨ ਕਿ ਜਿਹੜੀ ਕੱਟਆਫ ਹੈ ਈਟੀਟੀਓ 94 ਦੀ ਕਿੰਨੀ ਕੁ ਜਾ ਸਕਦੀ ਹੈ ਕਿੰਨੇ ਨੰਬਰਾਂ ਵਾਲੇ ਜਿਹੜੇ ਕੈਂਡੀਡੇਟਸ ਨੇ ਉਹ ਸੇਫ ਨੇ ਤਾਂ ਤੁਹਾਡੇ ਸਾਹਮਣੇ ਹਾਜ਼ਰਾਂ ਜੀ ਆਪਾਂ ਕੈਟਾਗਰੀ ਵਾਈਜ਼ ਕੱਟਆਫ ਦੀ ਵੀਡੀਓ ਲੈ ਕੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਜਿਹੜੀ ਮੇਨ ਪੁਆਇੰਟ ਦੀ ਗੱਲ ਕਰੀਏ ਬਹੁਤ ਸ ਕਿੱਤੀ ਜਾਏਗੀ ਕਦੋਂ ਤੱਕ ਰਿਜ਼ਲਟ ਆਏਗਾ ਤਾਂ ਦੇਖੋ 27 ਜੂਨ ਦੀ ਹੀアリング ਤੋਂ ਬਾਅਦ ਪੂਰੀ ਪੋਸੀਬਿਲਿਟੀ ਬਣਦੀ ਹੈ ਕਿ ਜੁਲਾਈ ਦੇ ਪਹਿਲੇ ਹਫਤੇ ਤੱਕ ਜਿਹੜਾ ਰਿਜ਼ਲਟ ਆਊਟ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਨੈਕਸਟ ਪ੍ਰੋਸੈਸ ਸਕਰੂਟੀ ਨਹੀਂ ਦਾ ਹੀ ਰਹੇਗਾ ਗੱਲ ਕਰੀਏ ਕੱਟ-ਆਫ ਦੀ ਕਿ ਕਿੰਨੀ ਕੱਟ-ਆਫ ਜਾ ਸਕਦੀ ਹੈ ਤਾਂ ਆਪਾਂ ਕੈਟਾਗਰੀ ਵਾਈਜ਼ ਗੱਲ ਕਰ ਲਈਏ ਤਾਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਆਪਾਂ ਨੇ YouTube ਤੇ ਕਾਫੀ ਸਮੇਂ ਪਹਿਲਾਂ ਇੱਕ ਕਮਿਊਨਿਟੀ ਟੈਬ ਤੇ ਪੋਲ ਪਾਇਆ ਸੀ ਜਿਸ ਦੇ ਵਿੱਚ ਸਾਰੇ ਹੀ ਕੈਂਡੀਡੇਟਸ ਵੱਲੋਂ ਆਪਣੇ ਆਪਣੇ ਮਾਰਕਸ ਦੱਸੇ ਗਏ ਸਨ ਕੈਟਾਗਰੀ ਵਾਈਜ਼ ਠੀਕ ਹੈ ਰਹਿਣ ਵਾਲੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੈਕਸਟ ਗੱਲ ਕਰ ਲਈਏ ਐਸ ਸੀ ਐਮ ਐਂਡ ਬੀ ਕੈਟਾਗਰੀ ਦੀ ਤਾਂ ਇਸ ਕੈਟਾਗਰੀ ਦੇ ਮੋਸਟਲੀ ਸਾਰੇ ਹੀ ਕੈਂਡੀਡੇਟ ਸੈਲੈਕਟ ਹੁੰਦੇ ਨੇ ਠੀਕ ਹੈ ਔਰ ਜਿਹੜੀ ਪਿਛਲੀ ਛਾੜ ਪੈਂਦੀ ਭਰਤੀ ਹੋਈ ਹੈ ਉਸ ਦੇ ਵਿੱਚ ਵੀ ਤੁਸੀਂ ਐਸ ਸੀ ਐਮ ਐਂਡ ਬੀ ਦੇ ਜਿਹੜੇ ਮਾਰਕਸ ਨੂੰ ਦੇਖੇ ਹੋਣਗੇ 40 40 ਨੰਬਰ 45 ਨੰਬਰ ਤੱਕ ਦੇ ਕੈਂਡੀਡੇਟਸ ਜਿਹੜ ਨੇ ਉਹ ਜੁਆਇਨ ਕੀਤੇ ਨੇ ਠੀਕ ਹੈ ਜੀ ਇਸ ਕਰਕੇ ਐਮ ਐਂਡ ਬੀ ਨੂੰ ਆਪਾਂ 50 ਪਲੱਸ ਜਾਂ 49 48 ਤੱਕ ਲੈ ਕੇ ਚੱਲੀਏ ਕੇ ਕੈਂਡੀਡੇਟ ਜਿਹੜ ਨੇ ਉਹ ਸੇਫ ਨੇ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰ ਲਈ एससीआर एंड ओ दी गल कर ले ता 56 57 ਦੇ ਨੇੜੇ ਜਿਹੜੀ ਐਸ ਸੀ ਆਰ ਐਂਡ ਓ ਦੀ ਮੈਰਿਟ ਰਹਿ ਸਕਦੀ ਹੈ ਇਸ ਵਾਰ ਕੱਟਆਫ ਦੇ ਵਿੱਚ ਪਹਿਲੀ ਕੱਟਆਫ ਦੀ ਜੇਕਰ ਆਪਾਂ ਗੱਲ ਕਰੀਏ 56 57 ਤੱਕ ਦੇ ਨੇੜੇ ਜਿਹੜੀ ਐਸ ਸੀ ਆਰ ਐਂਡ ਓ ਦੀ ਕੱਟਆਫ ਰਹੇਗੀ ਕੱਲ ਕਰ ਲਈ ਅੱਗੇ ਆਪਾਂ ਬੀ ਸੀ ਕੈਟਾਗਰੀ ਦੀ ਤਾਂ 59 60 ਠੀਕ ਹੈ ਜੀ 59 60 ਦੇ ਨੇੜੇ ਜਿਹੜੀ ਐ ਬੀ ਸੀ ਕੈਟਾਗਰੀ ਦੀ ਵੀ ਕੱਟਆਫ ਜਿਹੜੀ ਆ ਉਹ ਰਹਿ ਸਕਦੀ ਹੈ ਉਸ ਤੋਂ ਬਾਅਦ ਗੱਲ ਕਰ ਲਈ ਫਿਜ਼ੀਕਲੀ ਹੈਂਡੀਕੈਪਡ ਕੋਟੇ ਦੀ ਜਾਂ ਆਰਥੋ ਹੋਗੇ ਹੀਅਰਿੰਗ ਹੋਗੇ ਵਿਜ਼ੂਅਲ ਵਾਲੇ ਕੈਂਡੀਡੇਟs ਠੀਕ ਹੈ ਤਾਂ ਉਹਨਾਂ ਦਾ ਮੋਸਟਲੀ ਸਾਰਾ ਕੈਂਡੀਡੇਟ ਜਿਹੜਾ ਹੈ ਜੁਆਇਨ ਕਰੇਗਾ ਕਿਉਂਕਿ ਇਸ ਦੀਆਂ ਪੋਸਟਾਂ ਕਾਫੀ ਜ਼ਿਆਦਾ ਨਹੀਂ ਠੀਕ ਹੈ ਗੱਲ ਕਰ ਲਈ ایਡਬਲਿਊਐਸ ਕੈਟਾਗਰੀ ਦੀ ਤਾਂ ایਡਬਲਿਊਐਸ ਜਿਹੜੀ ਕੈਟਾਗਰੀ ਹੈ ਉਸ ਦੀ ਰਹੇਗੀ ਜੀ 57 ਤੇ 58 57 ਤੱਕ ਦੀ ਜਿਹੜੀ ਮੈਰਿਟ ਹੈ ਇਸ ਦੇ ਨੇੜੇ ਤੇੜੇ ਘੁੰਮੇਗੀ ਠੀਕ ਹੈ ਤਾਂ ਇਹ ਹੈਗੀ ਸੀ ਜੀ ਕੱਟ ਆਫ ਇਸ ਤੋਂ ਬਾਅਦ ਦੇਖੋ ਇਹ ਨਾ ਹੋਵੇ ਕਿ ਬਹੁਤ ਬਹੁਤ ਸਾਰੇ ਕੈਂਡੀਡੇਟਸ ਨਿਰਾਸ਼ ਹੋ ਜਾਣ ਜਿਵੇਂ ਕਿ ਆਏਗੇ ਐਸ ਸੀ ਆਰ ਐਂਡ ਉਹਦੀ ਮੈਰਿਟ 56 ਤੱਕ ਜਾ ਸਕਦੀ ਹੈ ਤਾਂ ਜਿਨ੍ਹਾਂ ਦੇ 55 54 ਨੰਬਰ ਨੇ ਉਹ ਨਿਰਾਸ਼ ਹੋ ਕੇ ਬਹਿ ਜਾਣ ਦੇਖੋ ਫਰਸਟ ਲਿਸਟ ਦੇ ਵਿੱਚ ਕਦੇ ਵੀ ਭਰਤੀ ਜਿਹੜੀ ਕੰਪਲੀਟ ਨਹੀਂ ਹੁੰਦੀ ਇਸ ਤੋਂ ਵੀ ਨੀਚੇ ਕੱਟ-ਆਫ ਜਾਏਗੀ 100% ਸ਼ੋਰ ਹੈ ਕਿ ਕੱਟ-ਆਫ ਹੋਰ ਵੀ ਡਾਊਨ ਜਾਏਗੀ ਲੇਕਿਨ ਉਹ ਲਿਸਟਾਂ ਦੇ ਡਿਪੈਂਡ ਕਰਦਾ ਜਿਵੇਂ ਹੁਣ ਦੇਖੋ 6835 ਦੀ ਭਰਤੀ ਹੈ ਸਭ ਤੋਂ ਪਹਿਲਾਂ ਫਰਸਟ ਲਿਸਟ ਨੂੰ ਜੁਆਇਨ ਕਰਾਇਆ ਉਸ ਤੋਂ ਬਾਅਦ ਸੈਕੰਡ ਲਿਸਟ ਆਈ ਆਣ ਵਿੱਚ ਕਾਫੀ ਟਾਈਮ ਲੱਗਾ ਡਿਪਾਰਟਮੈਂਟ ਵੱਲੋਂ ਲੇਕਿਨ ਆਈ ਜ਼ਰੂਰ ਤੇ ਸੈਕੰਡ ਲਿਸਟ ਨੂੰ ਜੁਆਇਨ ਵੀ ਕਰਾਇਆ ਗਿਆ ਠੀਕ ਹੈ ਤਾਂ ਕਹਿੰਦਾ ਭਾਵੇਂ ਇਹ ਨਾ ਹੋਵੇ ਕਿ ਤੁਸੀਂ ਇੱਥੇ ਹੀ ਕੱਟ-ਆਫ ਮੰਨ ਲਓ ਕਿ ਹਾਂ ਇੰਨੀ ਹੀ ਕੱਟ-ਆਫ ਜਾਏਗੀ ਇਸ ਤੋਂ ਨੀਚੇ ਵੀ ਗੱਲ ਕਰ ਲਈ ਠੀਕ ਹੈ ਤਾਂ ਇਸ ਕਰਕੇ ਉਮੀਦ ਨਹੀਂ ਛੱਡਣੀ ਹੈਗੀ ਉਮੀਦ ਤੇ ਸਾਰੀ ਦੁਨੀਆ ਕਾਇਮ ਹੈ ਹੈਗੀ ਸੀ ਕੱਟ-ਆਫ ਇਹ ਜਿਹੜੀ ਕੱਟ-ਆਫ ਹੈ ਆਪਾਂ ਨੇ ਜਿਹੜੀ ਇੱਕ ਪੋਲ ਬਣਾਇਆ ਸੀ ਉਸ ਦੇ ਬਿਹਾਫ ਤੇ ਆਪਾਂ ਜਿਹੜੀ ਇਹ ਕਵਰ ਕੀਤੀ ਹੈ ਜਿਸ ਹਿਸਾਬ ਨਾਲ ਕੈਂਡੀਡੇਟਸ ਨੇ ਆਪਣੇ ਆਪਣੇ ਮਾਰਕਸ ਦੱਸੇ ਨੇ ਉਸ ਦੇ ਐਨਾਲਿਸਿਸ ਦੇ ਅਕੋਰਡਿੰਗ ਹੀ ਜਿਹੜੀ ਇਹ ਕੱਟ-ਆਫ ਹੈ ਤੁਹਾਨੂੰ ਦਿਖਾਈ ਗਈ ਹੈ ਤੇ ਉਮੀਦ ਕਰਦੇ ਆ ਕਿ ਜਲਦੀ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਰਿਜ਼ਲਟ ਜਿਹੜਾ ਆਊਟ ਕਰ ਦਿੱਤਾ ਜਾਏਗਾ ਆਉਣ ਵਾਲੀ 27 ਜੂਨ ਦੀ ਜਿਹੜੀ ਸੁਣਵਾਈ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਉਮੀਦ ਇਹ ਹੀ ਬਣੀ ਹੋਈ ਹੈ ਕਿ ਜਿਹੜੀ 27 ਜੂਨ ਨੂੰ ਸੁਣਵਾਈ ਹੈ ਉਸ ਦੇ ਵਿੱਚ ਕੇਸ ਜਿਹੜਾ ਡਿਸਪੋਜ਼ਡ ਆਫ ਕਰ ਦਿੱਤਾ ਜਾਏਗਾ ਕਿਉਂਕਿ ਦੇਖੋ ਸਿੱ ਬਿਆਨ ਹੈ ਤਾਂ ਹੀ ਸੱਚ ਹੋਏਗਾ ਜੇਕਰ ਕੇਸ ਡਿਸਪੋਜ਼ਡ ਆਫ ਹੁੰਦਾ ਹੈ ਕਿਉਂਕਿ ਜਦੋਂ ਤੱਕ ਕੇਸ ਡਿਸਪੋਜ਼ਡ ਆਫ ਨਹੀਂ ਹੁੰਦਾ ਹੈਗਾ ਉਦੋਂ ਤੱਕ ਨੈਕਸਟ ਪ੍ਰੋਸੈਸ ਦੀ ਗੱਲ ਹੀ ਨਹੀਂ ਬਣਦੀ ਹੈਗੀ ਆਪਾਂ ਸਾਰੀ ਇਸ ਗੱਲ ਤੋਂ ਜਿਹੜਾ ਹੈ ਉਹ ਜਾਣੂ ਆ ਠੀਕ ਹੈ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਇਸ ਦੇ ਨਾਲ ਹੀ ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਭਰਤੀ ਦੇ ਵਿੱਚ ਬੈਗ ਲੋਗ ਦੀਆਂ ਵੀ ਪੋਸਟਾਂ ਨੇ ਠੀਕ ਹੈ ਜਿਸ ਦੇ ਵਿੱਚ ਡੀ ਰਿਜ਼ਰਵੇਸ਼ਨ ਮੈਰਿਟ ਵੀ ਜਿਹੜੀ ਆ ਬਣੇਗੀ ਠੀਕ ਹੈ ਤਾਂ ਠੀਕ ਹੈ ਤਾਂ ਇਹ ਹੈਗੀ ਸੀ ਜੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਜਿਹੜੀ ਇਹ ਵੀਡੀਓ ਵਧੀਆ ਲੱਗੀ ਹੋਏਗੀ ਬਾਕੀ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਕੁ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਲੋ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਟੈਲੀਗ੍ਰam ਗਰੁੱਪ ਦਾ ਜੇਕਰ ਤੁਸੀਂ ਟੈਲੀਗ੍ਰam ਗਰੁੱਪ ਨਾਲ ਨਹੀਂ ਜੁੜੇ ਹੈਗੇ ਤਾਂ ਉਸ ਦੇ ਨਾਲ ਵੀ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਠੀਕ ਹੈ ਤੇ ਤੁਹਾਡੇ ਕਿੰਨੇ ਮਾਰਕਸ ਬੰਦੇ ਨੇ 82 99 ਪੱਤੀ ਦੇ ਪੇਪਰ ਦੇ ਵਿੱਚ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਬਹੁਤ